मन पर प्रणाम निर्भर काम तदुत प्रचंड नितगत खंडाल स कर्मा दृश्य धर्म सर्वप्रणाडन श्री चंद का प्रसाद गोबिंदे मुकंदे कार्य पारे हरियन करियन निर्नाम कामें पुजं प्रिया चंद चत्र चक्र करता। हे निमाण्या दे माण ने ताण्या दे ताण ने उठ्या दी ओर सच्चे पिता वाहिगुरु जी अरदास बेनती है पातशाह अमृत वेले पातशाह जी आप जी दे पावन प्रकाश गुरपुरब मनाउण वास्ते समूह संगत आप जी दे पावन दर ते एकत्र होईआं हन। प्रभात फेरियां चलण की आग्ञा बख्शो सो दाता जी सही प्यारे मेल जिन्हां मिलिया तेरा नाम चेते आवे नानक नाम चढ़दी कला तेरे भाणा बोले सो निहाल नानक तना
Yeah.
ਸੱਚੇ ਪਿਤਾ ਧੰਨ ਗੁਰੂ ਨਾਨਕ ਪਾਤਸ਼ਾਹ ਜੀਓ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬਾਂ ਨੂੰ ਮਨਾਉਂਦੀਆਂ ਹੋਈਆਂ ਸਮੂਹ ਸੰਗਤਾਂ ਇਸ ਵੇਲੇ ਆਪ ਜੀ ਦੇ ਪਾਵਨ ਦਰ ਤੋਂ ਚੱਲ ਕੇ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਰੋਸ਼ਨ ਲਾਲ ਜੀ ਦੇ ਗ੍ਰਹਿ ਵਿਖੇ ਪਹੁੰਚ ਕੇ ਰੱਬੀ ਬਾਣੀ ਦੇ ਕੀਰਤਨ ਕੀਤੇ ਹਨ ਪਾਤਸ਼ਾਹ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਤੋਂ ਬੇਅੰਤ ਭੁੱਲਾਂ ਹੋਈਆਂ ਹਨ ਸਤਿਗੁਰੂ ਜੀ ਆਪਣ ਜਾਣ ਬੱਚੇ ਜਾਣ ਕੇ ਮੁਆਫ਼ੀ ਬਖਸ਼ਣੀ ਜੀ ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਸੁਣਨ ਦੀ ਸਮਰੱਥ ਬਖਸ਼ਣੀ ਜਿਨ੍ਹਾਂ ਸ਼ੁਭ ਭਾਵਨਾਵਾਂ ਨੂੰ ਲੈ ਕੇ ਪਰਿਵਾਰ ਨੇ ਸਤਿਗੁਰੂ ਜੀ ਆਪ ਜੀ ਦੇ ਪਾਵਨ ਦਰ ਦੀ ਹਾਜ਼ਰੀ ਭਰੀ ਹੈ ਸੋ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਘਰੋਂ ਨਾਮਦਾਨ ਸਿੱਖੀ ਦਾਨ ਗੁਰੂ ਚਰਨਾਂ ਦਾ ਪਿਆਰ ਬਖਸ਼ਿਸ਼ ਕਰਕੇ ਨਿਵਾਜਣਾ ਦਾਤਾ ਜੀ ਘਰ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਸਤਿਗੁਰੂ ਜੀ ਇਸੇ ਤਰ੍ਹਾਂ ਪਰਿਵਾਰ ਨੂੰ ਆਪਣੇ ਗੁਰੂ ਘਰ ਨਾਲ ਗੁਰੂ ਦਰ ਨਾਲ ਜੋੜ ਕੇ ਰੱਖਣਾ ਪਾਤਸ਼ਾਹ ਜੀਓ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਾ ਪ੍ਰਵਾਨ ਕਰੋ ਆਪ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਚੜ੍ਹਦੀਆਂ ਕਲਾ ਵਿੱਚ ਮਨਾਉਣ ਹਿੱਤ ਆਪ ਸਾਰੀ ਸੰਗਤ ਨੂੰ ਉਤਸ਼ਾਹ ਬਖਸ਼ਿਸ਼ ਕਰੋ ਪਾਤਸ਼ਾਹ ਜੀ ਹੁਣ ਅਗਲੇ ਪੜਾਵਾਂ ਤੇ ਚੱਲਣ ਦੀ ਆਗਿਆ ਬਖਸ਼ਿਸ਼ ਕਰੋ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਜੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਗੁਰਪੁਰਬ ਤੇ ਖੁਸ਼ੀਆਂ ਲੈਣੀਆਂ ਤੇ ਮਨਾਉਣਾ ਹੈ ਨਾ ਗੁਰਪੁਰਬ ਇੱਕ ਗੱਲ ਹਮੇਸ਼ਾ ਯਾਦ ਕਰਿਓ ਗੁਰੂ ਨਾਨਕ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਇੱਕੋ ਓਅੰਕਾਰ ਦਾ ਸਦਾ ਦੇ ਕੇ ਜਪ ਜੀ ਸਾਹਿਬ ਦੀ ਬਾਣੀ ਉਚਾਰਨ ਕੀਤੀ ਸੀ ਤੁਸੀਂ ਸਾਰੇ ਇੱਕ ਪ੍ਰਣ ਕਰੋ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਪੁਰਬ ਦੇ ਉੱਤੇ ਵੀ ਹਰ ਇੱਕ ਬੱਚੇ ਨੂੰ ਹਰ ਇੱਕ ਨੌਜਵਾਨ ਨੂੰ ਕੰਮ ਸੇ ਕੰਮ ਜਪ ਜੀ ਸਾਹਿਬ ਦਾ ਇੱਕ ਪਾਠ ਕੰਠ ਜ਼ਰੂਰ ਹੋਣਾ ਚਾਹੀਦਾ ਇਹ ਸਭ ਤੋਂ ਵੱਡੀ ਖੁਸ਼ੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਦੁਨਿਆਵੀ ਇੱਕ ਉਦਾਹਰਨ ਮੈਂ ਦਿੰਦਾ ਤੁਹਾਨੂੰ ਅਧਿਆਤਮਤਾ ਨਹੀਂ ਹੈਗੀ ਉਹ ਫਿਲਮਾਂ ਦੀ ਇੱਕ ਐਕਟਰੈਸ ਸੀ ਮਧੂਬਾਲਾ ਮੁਸਲਮਾਨ ਇਸਲਾਮ ਧਰਮ ਨੂੰ ਮੰਨਣ ਵਾਲੀ ਉਹ ਔਰਤ ਤੇ ਜਵਾਨੀ ਦੀ ਉਮਰ ਦੇ ਵਿੱਚ ਉਹ ਕੀ ਕਰ ਰਹੀ ਸੀ ਜਦੋਂ ਵੀ ਵਿਹਲੀ ਹੁੰਦੀ ਨਾ ਕਿਸੇ ਟ੍ਰੇਨ ਦੇ ਸਫ਼ਰ ਵਿੱਚ ਜਾਂ ਬੱਸ ਦੇ ਸਫ਼ਰ ਵਿੱਚ ਉਹ ਚੌਂਕੜਾ ਮਾਰ ਕੇ ਸੀਟ ਦੇ ਉੱਤੇ ਬੈਠ ਜਾਂਦੀ ਸਭ ਤੋਂ ਪਹਿਲਾਂ ਆਪਣਾ ਸਿਰ ਗੱਜਦੀ ਤੇ ਆਪਣੇ ਪਰਸ ਵਿੱਚੋਂ ਇੱਕ ਕਿਤਾਬ ਕੱਢਦੀ ਤੇ ਉਸ ਕਿਤਾਬ ਨੂੰ ਪੜ੍ਹਨ ਲੱਗ ਜਾਂਦੀ ਤੇ ਲੰਬਾ ਸਮਾਂ ਜਦ ਤੱਕ ਉਹ ਵਿਹਲੀ ਹੁੰਦੀ ਉਹ ਕਿਤਾਬ ਪੜ੍ਹੀ ਜਾਂਦੀ ਇੱਕ ਮੁਸਲਮਾਨ ਔਰਤ ਉਹ ਕਹਿੰਦਾ ਮੈਂ ਹੈਰਾਨ ਹੋ ਗਿਆ ਵੀ ਇੱਕ ਮੁਸਲਮਾਨ ਔਰਤ ਫਾਰਸੀ ਦੇ ਵਿੱਚ ਲਿਖਿਆ ਹੋਇਆ ਜਪਜੀ ਸਾਹਿਬ ਪੜ੍ਹ ਰਹੀ ਹੈ ਜਦੋਂ ਉਹ ਵਾਪਸ ਆਈ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ ਇਹ ਤੁਹਾਨੂੰ ਕਿੱਥੋਂ ਮਿਲਿਆ ਇਹ ਤਾਂ ਸਿੱਖਾਂ ਦੀ ਬਾਣੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਲਿਖੀ ਹੋਈ ਉਹ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਰੱਬੀ ਕਲਾਮ ਤੇ ਉਹ ਹੈ ਜਿਹੜੀ ਸਾਰੀ ਦੁਨੀਆਂ ਨੂੰ ਤਰਨ ਵਾਲਾ ਹੈ ਮੇਰੇ ਸਮੇਂ ਪਹਿਲਾਂ ਕਹਿੰਦਾ ਮੈਂ ਬਹੁਤ ਬਿਮਾਰ ਹੋ ਗਈ ਸੀ ਤੇ ਹਰ ਪਾਸੇ ਮੈਨੂੰ ਜਦੋਂ ਜਵਾਬ ਮਿਲਿਆ ਤੇ ਮੈਨੂੰ ਕਿਸੇ ਗੁਰਸਿੱਖ ਨੇ ਕਿਹਾ ਕਿ ਤੂੰ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ ਉੱਤੇ ਜਾ ਕੇ ਅਰਦਾਸ ਬੇਨਤੀ ਕਰ ਉਹ ਬੜਾ ਵੱਡਾ ਬਲੀ ਹੈ ਉਹ ਤੇਰੇ ਇਸ ਦੁੱਖ ਨੂੰ ਹਰ ਲਏਗਾ ਕਹਿੰਦੇ ਮੈਂ ਅੰਧੇਰੀ ਗੁਰਦੁਆਰਾ ਪੈਂਦਾ ਇੱਕ ਨਾਮ ਗੁਰਦੁਆਰਾ ਸਿੰਘ ਸਭਾ ਉੱਥੇ ਮੈਂ ਗਈ ਉੱਥੇ ਮੈਂ ਜਾ ਕੇ ਗਿਆਨੀ ਸਿੰਘ ਨੂੰ ਅਰਦਾਸ ਬੇਨਤੀ ਕਰਵਾਈ ਸਤਿਗੁਰੂ ਨੇ ਕਿਰਪਾ ਕੀਤੀ ਤੇ ਉਹਦੀ ਤੰਦਰੁਸਤੀ ਆ ਗਈ ਤੇ ਮੈਂ ਉਸ ਕਮੇਟੀ ਨੂੰ ਬੇਨਤੀ ਕੀਤੀ ਵੀ ਜਦੋਂ ਵੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਗੁਰਪੁਰਬ ਹੋਏਗਾ ਕੀ ਇਹ ਮੈਨੂੰ ਇਹ ਸੇਵਾ ਮਿਲ ਸਕਦੀ ਹੈ ਕਿ ਮੈਂ ਉਸ ਪੁਰਬ ਦੇ ਉੱਤੇ ਲੰਗਰ ਦੀ ਸਾਰੀ ਸੇਵਾ ਖੁਦ ਕਰਿਆ ਕਰਾਂ ਕਹਿੰਦੇ ਉਸ ਕਮੇਟੀ ਨੇ ਮੈਨੂੰ ਇਜਾਜ਼ਤ ਦੇ ਦਿੱਤੀ ਤੇ ਤੁਸੀਂ ਹੈਰਾਨ ਹੋਵੋਗੇ ਜਦ ਤੱਕ ਮਧੂਬਾਲਾ ਜਿੰਦੀ ਰਹੀ ਮੁਸਲਮਾਨ ਪਰਿਵਾਰ ਦੀ ਬੱਚੀ ਜਦ ਤੱਕ ਉਹ ਜਿੰਦੀ ਰਹੀ ਉਸ ਅੰਧੇਰੀ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਉੱਤੇ ਲੰਗਰ ਦੀ ਸੇਵਾ ਮਧੂਬਾਲਾ ਵੱਲੋਂ ਹੁੰਦੀ ਹੈ ਅੱਜ ਵੀ ਵਾਹਿਗੁਰੂ 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 ਵਾਹਿਗੁਰੂ
गुरु नानक की वडियाई गुरु नानक की वडियाई नानक की वडियाई गुरु नानक की वडियाई ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਗੁਰਦਰਸ਼ਨ ਸਿੰਘ ਸਤਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਗੁਰਪੁਰਬਾਂ ਦੇ ਸੰਬੰਧ ਵਿੱਚ ਹੋ ਰਹੀਆਂ ਪ੍ਰਭਾਤ ਫੇਰੀਆਂ ਦੌਰਾਨ ਸਮੂਹ ਸੰਗਤਾਂ ਨੂੰ ਗ੍ਰਹਿ ਵਿਖੇ ਬੁਲਾ ਕੇ ਸਤਿਗੁਰੂ ਜੀ ਆਪ ਜੀ ਦੇ ਸਨਮੁਖ ਅਰਦਾਸ ਬੇਨਤੀਆਂ ਕਰ ਰਹੇ ਹਨ ਸਤਿਗੁਰੂ ਜੀ ਸੇਵਕ ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਘਰੋਂ ਨਾਮਦਾਨ ਸਿੱਖੀ ਦਾਨ ਗੁਰੂ ਚਰਨਾਂ ਦਾ ਪਿਆਰ ਬਖਸ਼ਿਸ਼ ਕਰਕੇ ਨਿਵਾਜਣਾ ਦਾਤਾ ਜੀ ਆਪ ਜੀ ਦੇ ਪਾਵਨ ਗੁਰਪੁਰਬਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਮਨਾਉਣ ਦਾ ਸਮੂਹ ਸੰਗਤਾਂ ਵਿੱਚ ਉਤਸ਼ਾਹ ਬਲ ਬਖਸ਼ਿਸ਼ ਕਰਨਾ ਪਰਿਵਾਰ ਦੀਆਂ ਸ਼ੁਭ ਭਾਵਨਾ ਪੂਰਨ ਕਰਕੇ ਦੁੱਖਾਂ ਕਲੇਸ਼ਾਂ ਪਾਪਾਂ ਦਾ ਨਾਸ਼ ਕਰਨਾ ਨਾਮ ਦਾ ਪ੍ਰਕਾਸ਼ ਕਰਨਾ ਸਤਿਗੁਰੂ ਜੀ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਜੀ ਸਮੂਹ ਸੰਗਤਾਂ ਨੂੰ ਸਤਿਗੁਰੂ ਜੀ ਇਸ ਵੇਲੇ ਆਪਣੇ ਅਗਲੇ ਪੜਾਵਾਂ ਤੇ ਚੱਲਣ ਦੀ ਆਗਿਆ ਬਖਸ਼ੋ ਨਾਮ ਬਾਣੀ ਦਾ ਖਜ਼ਾਨਾ ਬਖਸ਼ੋ ਦਾਤਾ ਜੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਦਰਸ਼ਨ ਪਿਆਸੀ ਦਿਨ ਰਾਤ
दर्शन प्यासी दिस रात चित भवन दिन नीत खोल कपट गुर मिलिया नानक हरे संग मीत खोल कपट गुर मिलिया नानक हरे संग वाहिगुरु जी का खालसा वाहिगुरु जी की फतेह। दर्शन देख जीवा गुर तेरा पूरन कर्म कोई कर्म मेरा दर्शन देख जीवा गुर तेरा पूरन कर्म कोई कर्म मेरा दर्शन Oh, my God.
ਇਤਨੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵਣ ਕਾ ਸਦਕਾ ਸਭ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਪਤੇ ਬਿਰਦ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉੱਠਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਧੰਨ 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 ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦੀਆਂ ਹੋਈਆਂ ਸਮੂਹ ਸੰਗਤਾਂ ਰਲ ਮਿਲ ਕੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਪਵਿੱਤਰ ਸਥਾਨ ਤੋਂ ਚੱਲ ਕੇ ਪਾਤਸ਼ਾਹ ਜੀ ਪ੍ਰਭਾਤ ਫੇਰੀ ਰੂਪ ਵਿੱਚ ਸ਼ਾਮਿਲ ਹੋ ਕੇ ਆਪ ਜੀ ਦੇ ਦਰ ਘਰ ਦੇ ਪੀਤਵਾਨ ਭਾਈ ਸੁਖਦੇਵ ਸਿੰਘ ਜੀ ਦੇ ਗ੍ਰਹਿ ਵਿਖੇ ਆ ਕੇ ਰੱਬੀ ਬਾਣੀ ਦੇ ਕੀਰਤਨ ਕੀਤੇ ਹਨ। ਦਾਤਾ ਜੀ ਬਾਣੀ ਪੜ੍ਹਦਿਆਂ ਤੋਂ ਬੇਅੰਤ ਭੁੱਲਾਂ ਹੋਈਆਂ ਹਨ, ਸਤਿਗੁਰੂ ਅਣਜਾਣ ਬੱਚੇ ਜਾਣਗੇ ਮਾਫ ਕਰਨਾ ਜੀ। ਅੱਗੇ ਤੋਂ ਸੁਣ ਤੇ ਸਪਸ਼ਟ ਬਾਣੀ ਪੜ੍ਹ ਸੁਣ ਦੀ ਸਮਰਥ ਬਖਸ਼ਣੀ ਪਾਤਸ਼ਾਹ ਆਪ ਜੀ ਦੇ ਪਾਵਨ ਗੁਰਪੁਰਬ ਚੜ੍ਹਦੀਆਂ ਕਲਾ ਵਿੱਚ ਮਨਾਉਣ ਹਿੱਤ ਸੰਗਤਾਂ ਨੂੰ ਉਤਸ਼ਾਹ ਬਖਸ਼ਣਾ ਪਾਤਸ਼ਾਹ ਜੀ ਦਰ ਘਰ ਦੀ ਸੇਵਾ ਕਰਵਾ ਲੈਣੀ, ਜਿਸ ਭਾਵਨਾਵਾਂ ਨੂੰ ਲੈ ਕੇ ਪਰਿਵਾਰ ਨੇ ਸਤਿਗੁਰੂ ਆਪਣੇ ਗ੍ਰਹਿ ਵਿਖੇ ਸੰਗਤਾਂ ਦੇ ਚਰਨ ਪਵਾਏ, ਰੱਬੀ ਬਾਣੀ ਦੇ ਕੀਰਤਨ ਕਰਵਾਏ। ਦਾਤਾ ਜੀ ਸੋ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ, ਘਰੋਂ ਨਾਮ ਦਾਨ, ਸਿੱਖੀ ਦਾਨ, ਗੁਰੂ ਚਰਨਾਂ ਦਾ ਪਿਆਰਾ ਬਖਸ਼ ਕਰਕੇ ਨਿਵਾਜਣਾ। ਦਾਤਾ ਜੀ ਖੁਸ਼ੀਆਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਜੀ ਭੁੱਲਾਂ ਕਰਨੀਆਂ, ਕਿਵਾਂ ਬਖਸ਼ੋ ਜੀ ਸਹੀ ਪਿਆਰੇ ਦੇਵ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹੀ ਕਲਾ ਤੇਰੀ ਭਾਵੇਂ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਬੇਨਤੀ ਹੈ ਕਿ 25 ਤਰੀਕ ਦੇ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਜ਼ਰੂਰ ਹਾਜ਼ਰੀ ਭਰਿਓ, ਕੋਈ ਵੀ ਸੰਗਤ ਦਾ ਚੀਜ਼ ਇਸ ਸਮਾਗਮ ਤੋਂ ਵਾਂਝਾ ਨਾ ਰਹੇ। 26 ਤਰੀਕ ਨੂੰ ਨਗਰ ਕੀਰਤਨ ਹੋਵੇਗਾ ਗੁਰਦੁਆਰਾ ਸਾਹਿਬ ਤੋਂ 10 ਵਜੇ ਤੋਂ
ਨਗਰ ਕੀਰਤਨ ਪ੍ਰਾਰੰਭ ਹੋ ਕੇ ਸ਼ਾਮਾਂ ਨੂੰ ਵਾਪਸੀ ਹੋਵੇਗੀ। ਨਗਰ ਕੀਰਤਨ ਦੇ ਦੌਰਾਨ ਵੀ ਆਪਸ ਨੂੰ ਸੰਗਤਾਂ ਰਲ ਮਿਲ ਕੇ ਉਤਸ਼ਾਹ ਦੇ ਨਾਲ ਹਾਜ਼ਰ ਹੋ ਕੇ ਸਤਿਗੁਰੂ ਜੀ ਦੀ ਕਿਰਪਾ ਲੈਣ ਦੀ ਕੋਸ਼ਿਸ਼ ਕਰਿਓ, ਖੁਸ਼ੀਆਂ ਪ੍ਰਾਪਤ ਕਰਿਓ ਜੀ। ਔਰ 27 ਤਰੀਕ ਨੂੰ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ, ਉਪਰੰਤ ਸ਼ਬਦ ਕੀਰਤਨ ਜਵਾਨ ਹੋਣਗੇ, ਮਿਲ ਕੇ ਲੰਗਰ ਸੁਖ ਵਰਤਣਗੇ। ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਆਪ ਸਭ ਸੰਗਤਾਂ ਸ਼ਰੀਕ ਹੋ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਦਿਓ ਜੀ। ਭੁੱਲਾ ਚੱਕਾ ਦੀ ਖੇਵਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਂਕੋ ਆਏ ਸੋਈ ਬਿਹਾਜ ਹੋ, ਜਾਂਕੋ ਆਏ ਸੋਈ ਬਿਹਾਜ ਹੋ, ਕਾਲ ਦਾ ਤ੍ਰਾਸ ਰੱਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ, ਮੰਦ ਦੁਸ਼ਟਨ ਕੇ ਹੰਤਾ ਤੁਮ ਹੋ ਗੁਰੀ ਜਗਤ ਬੰਤਾ, ਕਾਲ ਪਾਏ ਬ੍ਰਹਮਾ ਤਪ ਧਰਾ, ਕਾਲ ਪਾਏ ਸਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਦਾਸਾ, ਸਗਲ ਕਾਲ ਕਾ ਧਿਆ ਤਮਾਸਾ, ਗੁਣ ਕਾਲ ਜੋ ਕੀ ਜਿੰਦਗੀ ਹੋ, ਬੇ ਦਿਆਲ ਤੁਮ ਹੋ ਜੋਤੀ ਹੋ, ਗੁਣ ਕਾਲ ਸਭ ਲੋਕ ਦੁਆਰਾ, ਨਮਸਕਾਰ ਹੈ ਭਾਈ ਹਮਾਰਾ, ਗੁਣ ਕਾਲ ਸਭ ਜੰਤ ਬੋਲੇ ਸੋ ਨਿਹਾਲ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।